ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਕਸ। ਦੋਸਤੋ, ਅੱਜ ਅਸੀਂ ਪਹੁੰਚ ਗਏ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਢਿੱਲੋ ਫਨ ਵਰਲਡ ਵਿਖੇ, ਜਿੱਥੇ ਕਿ ਹੋਲੀ ਬਲਾਸਟ ਈਵੈਂਟ ਸ਼ੁਰੂ ਹੋਣ ਵਾਲਾ ਆ। ਇੱਥੇ ਆ ਰਹੇ ਨੇ ਪੰਜਾਬ ਦੇ ਫੇਮਸ ਸਿੰਗਰ ਸਿੰਘਾ, ਇਸ ਤੋਂ ਬਿਨਾਂ ਹੋਰ ਵੀ ਕਈ ਆਰਟਿਸਟ ਆ ਰਹੇ ਨੇ। ਸੋ ਦੇਰ ਨਾ ਕਰਦੇ ਹੋਏ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਢਿੱਲੋ ਫਨ ਵਰਲਡ ਦੇ ਅੰਦਰ ਅਤੇ ਦੇਖਦੇ ਹਾਂ ਕਿ ਅੱਜ ਇੱਥੇ ਕੀ ਹੋਣ ਵਾਲਾ ਆ। ਸੋ ਤੁਸੀਂ ਦੇਖ ਸਕਦੇ ਹੋ ਢਿੱਲੋ ਫਨ ਵਰਲਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਅਤੇ ਬਹੁਤ ਸਾਰੇ ਲੋਕ ਇੱਥੇ ਅੱਜ ਹੋਲੀ ਮਨਾਉਣ ਲਈ ਪਹੁੰਚੇ ਹੋਏ ਨੇ ਹੋਲੀ ਬਲਾਸਟ ਦੇ ਵਿੱਚ, ਅਤੇ ਬਹੁਤ ਮਜ਼ਾ ਕਰ ਰਹੇ ਨੇ, ਸ਼ੋਰ ਵੀ ਮਚਾ ਰਹੇ ਨੇ ਅਤੇ ਬਹੁਤ ਹੀ ਮਜ਼ਾ ਆ ਰਿਹਾ। ਇੱਥੇ ਅਸੀਂ ਰਾਈਡ ਦੇ ਵਿੱਚ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਪੂਰਾ ਫਨ ਪਾਰਕ ਨਜ਼ਰ ਆ ਰਿਹਾ ਹੈ। ਤੁਸੀਂ ਸਾਰੇ ਫਰੈਂਡਸ ਇੱਥੇ ਹੋਲੀ ਮਨਾਉਣ ਆਏ ਜਾਂ ਸਿੰਘੇ ਬਾਈ ਦੇ ਗਾਣੇ ਸੁਣਨ ਆਏ? ਆਈ ਸਿੰਘੇ ਬਾਈ ਦੇ ਗਾਣੇ ਸੁਣਨ ਆਇਆ ਸਾਰੇ। ਤੁਸੀਂ ਸਿੰਘਾ ਜੀ ਦੇ ਫੈਨ ਹੋ? ਬਹੁਤ ਵੱਡੀ, ਬਹੁਤ ਜ਼ਿਆਦਾ ਫੈਨ ਹੋ ਤੇ ਸਾਰੇ ਗਾਣੇ ਸੁਣਦੇ ਹੋ ਉਹਨਾਂ ਦੇ? ਯਾ। ਇੱਕ ਗਾਣਾ ਸੁਣਾ ਦਿਓ ਫਿਰ। ਮੈਂ ਸੁਣਾਦਾ ਜੀ, ਸਿੰਗਰ ਨੇ ਉਹ ਜਿੰਨੀ ਸਹਾਂਦੀ ਲਿਮਟ ਮੇਰੀ ਰਹਿੰਦੀ ਏ, ਹਰ ਸਾਹ ਨਾਲ ਚੇਤਾ ਤੇਰਾ ਆਊਗਾ। ਕੀ ਹਾਲ ਚਾਲ ਹੈ ਸਰ ਜੀ? ਫਾਈਨ ਸਰ, ਫਾਈਨ, ਬਹੁਤ ਬੜੀਆ, ਬਹੁਤ ਬੜੀਆ ਸਰ। ਕਿੱਥੋਂ ਆਏ ਹੋ ਜੀ? ਸਰ ਪਟਿਆਲਾ, ਲੋਕਲ। ਲੋਕਲ ਪਟਿਆਲੇ ਤੋਂ ਤੇ ਤੁਸੀਂ ਬੜੇ ਰੰਗ ਬਿਰੰਗੇ ਹੋ ਕੇ ਆਏ ਹੋ ਅੱਜ ਹੋਲੀ ਦੇ ਮੌਕੇ। ਸਰ ਹੋਲੀ ਆ, ਹੋਲੀ ਇੰਜੋਏ ਕਰਨ ਆਏ ਜੀ, ਹੋਲੀ ਇੰਜੋਏ ਕਰਨ ਆਏ। ਬੇਟਾ ਕਿਵੇਂ ਰਹੀ ਫਿਰ ਅੱਜ ਦੀ? ਬਹੁਤ ਅੱਛੀ ਰਹੀ, ਬਹੁਤ ਅੱਛੀ। ਕਿਵੇਂ ਮਨਾਈ ਹੋਲੀ? ਬਹੁਤ ਅੱਛੀ, ਰੰਗਾਂ ਪਾ ਕੇ ਖੇਡ ਕੇ, ਗੁਬਾਰੇ ਮਾਰ ਕੇ, ਜਿਵੇਂ ਪ੍ਰੋਪਰ ਮਨਾਈ ਜਾਂਦੀ ਹੈ, ਪੂਰਾ ਫਨ ਕੀਤਾ ਹੈ। ਤੇ ਅੱਜ ਅਸੀਂ ਤੁਸੀਂ ਢਿੱਲੋ ਪਾਰਕ ਆਏ ਹੋਏ ਹੋ, ਢਿੱਲੋ ਫਨ ਪਾਰਕ ਦੇ ਵਿੱਚ ਕਿਵੇਂ ਲੱਗ ਰਿਹਾ? ਸਰ ਬਹੁਤ ਵਧੀਆ, ਬਹੁਤ ਵਧੀਆ ਮਾਹੌਲ ਹੈ ਇੱਥੇ ਦਾ, ਔਰ ਸਾਨੂੰ ਦੇਖ ਕੇ ਬੜਾ ਖੁਸ਼ੀ ਹੋ ਰਹੀ ਹੈ, ਬਹੁਤ ਇੰਜੋਏ ਹੋ ਰਿਹਾ ਹੈ, ਔਰ ਅਸੀਂ ਹਰ ਸਾਲ ਆਵਾਂਗੇ। ਬਲਕੀ ਨੇ ਬੋਲਾ ਲਵ ਯੂ, ਲਵ ਯੂ ਸਰ, ਪਲੀਜ਼ ਪਲੀਜ਼ ਇੱਕ ਵਾਰੀ ਸਾਰਿਆਂ ਨੂੰ ਥੱਲੇ ਬੋਲੋ। ਓ ਸਿੰਘਾ ਬੋਲਦਾ ਪਤੰਦਰਾ, ਸਿੰਘਾ ਬੋਲਣ ਡਿਆ ਬਾਬੂ। ਓ ਬੱਲੇ ਕਿਆ ਬਾਤ ਆ, ਹੋਲੀ ਹੋਲੀ ਮਨਾ ਰਹੇ ਹੋ ਹੈ? ਹੋਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਰੱਬ ਚੜ੍ਹਦੀ ਕਲਾ ਦੇ ਕੇ ਤੁਹਾਨੂੰ ਸਾਰੇ। ਆ ਤੇਰੇ ਸ਼ਹਿਰ ਵਿੱਚ ਜੱਟ ਨੇ ਆ ਸਰਦਾਰੀ ਕਾਇਮ ਕਰੀਆ, ਹਾਂ ਇੱਕ ਨਹੀਂ ਉਹ ਦੋ ਨਹੀਂ ਹਰ ਵਾਰੀ ਕਾਇਮ ਕਰੀਆ, ਜਿੱਦਣ ਦੇ ਜੰਮੇ ਬਸ ਯਾਰੀ ਕਾਇਮ ਕਰੀਆ। ਤੇਰੇ ਸ਼ਹਿਰ ਵਿੱਚ ਜੱਟ ਨੇ ਆ ਸਰਦਾਰੀ ਕਾਇਮ ਕਰੀਆ, ਹਾਂ ਸਰਦਾਰੀ ਕਾਇਮ ਕਰੀਆ। ਆਓ ਲਿਟਲ ਬੋਏ ਵਾਂਗੂ ਨਾਮ ਚੱਲਦਾ, ਆਓ ਲਿਟਲ ਬੋਏ ਵਾਂਗੂ ਨਾਮ ਚੱਲਦਾ, ਰਸ਼ੀਆ ਜਪਾਨ ਸਾਥੋਂ ਡਰੇ ਹੋਇਆ, ਪੋਤਾ ਮੇਰਾ ਕਰੂ ਪੂਰਾ ਮਾਣ ਦਾਦੇ ਤੇ, ਐਦਾਂ ਦੇ ਮੈਂ ਕੰਮ ਕੁਝ ਕਰੇ ਹੋਇਆ, ਬੀਬੀਸੀ ਦੇ ਉੱਤੇ ਯਾਰੋ ਹੁਣ ਚਰਚੇ, ਅੱਜ ਤੱਕ ਵਾਲੇ ਹੈਡਲਾਈਨ ਮੰਗਦੇ, ਘਰ ਦੇ ਜੀ ਮੰਗਦੇ ਆ ਟਾਈਮ ਮੇਰੇ ਤੋਂ, ਆਟੋਗ੍ਰਾਫ ਮੇਰੇ ਵੈਨ ਮੰਗਦੇ, ਆਟੋ ਨੂੰ ਬੁਲਾ ਦੇ ਤੇ ਸਿਰ ਪਾੜਿਆ, ਹਾਏ ਉਦੋਂ ਤੋਂ ਹੀ ਪੈਂਦੀ ਆਈ ਧੱਕ ਬੱਲੀਏ, ਹਾਏ ਜਿੱਦਾਂ ਦੇ ਆ ਕੇ ਸਾਂ ਵਿੱਚੋਂ ਯਾਰ ਬਰੀ ਹੋਇਆ ਏ, ਤਾਂ ਯਾਰ ਤੇਰੇ ਦਾ ਗੁੱਡ ਲੱਕ ਬੱਲੀਏ, ਜਿੱਦਾਂ ਦੇ ਆ ਕੇ ਸਾਂ ਵਿੱਚੋਂ ਯਾਰ ਬਰੀ ਹੋਇਆ ਏ, ਤਾਂ ਯਾਰ ਤੇਰੇ ਦਾ ਗੁੱਡ ਲੱਕ ਬੱਲੀਏ। ਉਹ ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ, ਆਹ
ਗੁਰਪਣ ਦੇ ਵਿੱਚ ਵੈਰ ਨਹੀਂ ਕਮਾਏ ਮੈਂ ਆਪਣੀ ਜੋਤ ਨਾਲ ਖੜਾਇਆ ਕੇ ਟੋਪ ਤੇ ਬੱਚਿਆਂ ਦੇ ਵਾਂਗੂ ਗੱਬੇ ਪੈਰ ਨਹੀਂ ਫਸਾਏ ਮੈਂ ਗੁੜੀਆਂ ਦਾ ਪਾਣੀ ਨਾ ਪਾਰਨ ਗੱਭਰੂ ਮਹਿਫਲਾਂ ਚ ਦਾਰੂ ਚੋਂ ਭਰਨ ਆਉਂਦਿਆ ਹੈਂਡ ਗਰਨੇਡ ਚਾਹੇ ਯਾਰ ਜੱਤ ਦੇ ਰੌਲਾ ਰੱਪਾ ਖਤਮ ਕਰਨ ਆਉਂਦਿਆ ਇੱਕ ਵਾਰੀ ਆਪਣੇ ਯਾਰਾਂ ਦੇ ਨਾਂ ਦੀ ਤਾਲੀ ਮਾਰਦੇ ਹੋ ਕਿਆ ਬਾਤ ਬੰਦਾ ਸਾਰਾ ਕੁਛ ਭੁੱਲ ਸਕਦਾ ਪਰ ਯਾਰ ਹੀ ਨਹੀਂ ਭੁੱਲ ਸਕਦਾ ਕਿਉਂ ਸਹੀ ਹੈ ਨਾ ਯਾਰ ਗਰਨੇਡ ਪੂਛ ਪਰੀ ਨਾ ਬਲੱਡ ਵਿੱਚ ਯਾਰ ਦੇ ਦੱਸਾਂ ਫੁਕਰਾ ਮੈਂ ਕਿਤੋਂ ਕਾਲੇ ਸ਼ੀਸ਼ੇ ਮੇਰੀ ਕਾਰ ਦੇ ਉਹ ਤਾਂ ਹੀ ਮੁੰਡਾ ਕਹਿਰ ਲੱਗਦਾ ਉਹ ਤਾਂ ਹੀ ਮੁੰਡਾ ਕਹਿਰ ਲੱਗਦਾ ਉਹ ਥੱਕ ਨਿਰਨੇ ਕਾਲੇ ਜੇ ਵਿੱਚ ਯਾਰ ਲੱਗਦਾ ਉਹ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਹੈ ਹਰ ਸਾ ਨਾਲ ਚਿਤਾ ਤੇਰਾ ਯੋਗਾ ਸੁਣਿਆ ਗਾਣਾ ਤੁਸੀਂ ਢਿੱਲੋਂ ਫਨ ਪਾਰਕ ਦੇ ਸਫ਼ਰ ਨੂੰ ਜਾਰੀ ਰੱਖਦੇ ਹੋਏ ਅਸੀਂ ਅੱਜ ਤੁਹਾਨੂੰ ਇੱਕ ਹੋਰ ਮਹਿਮਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਯਾਰ ਜਿਗਰੀ ਕਸੂਤੀ ਡਿਗਰੀ ਵਿੱਚ ਪਹਿਲਾਂ ਵੀ ਦੇਖ ਚੁੱਕੇ ਹੋ ਮੇਰੀ ਮੁਰਾਦ ਚਮਕੌਰ ਬਿੱਲਾ ਜੀ ਸਤਿ ਸ਼੍ਰੀ ਅਕਾਲ ਚੱਲ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਚੈਨਲ ਦੇਖ ਰਹੇ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਹੋਲੀ ਦੇ ਦਿਨ 'ਤੇ ਤੁਸੀਂ ਇੱਥੇ ਪਹੁੰਚੇ ਹੋਏ ਹੋ ਹਾਂਜੀ ਅੱਜ ਉਹ ਵਿਸ਼ਾਲ ਭਾਜੀ ਹੋਰੇ ਨੇ ਉਹਨਾਂ ਨੇ ਸਾਨੂੰ ਵਿਸ਼ੇਸ਼ ਤੌਰ 'ਤੇ ਇੱਥੇ ਸੱਦਾ ਦਿੱਤਾ ਸੀਗਾ ਬਿੰਦਰ ਬਾਈ ਨੱਥੂ ਮਾਜਰਾ ਅਤੇ ਆਪਣੇ ਬਾਈ ਵਿੱਕੀ ਧਾਲੀਵਾਲ ਹੋਰੀ ਉਹਨਾਂ ਦੇ ਨਾਲ ਅਸੀਂ ਆਏ ਸੀ ਅੱਜ ਅਤੇ ਕਿਵੇਂ ਲੱਗ ਰਿਹਾ ਫਿਰ ਅੱਜ ਢਿੱਲੋਂ ਫਨ ਪਾਰਕ ਨੂੰ ਲੈ ਕੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ ਵੈਸੇ ਵੀ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ ਇਸ ਪਾਰਕ ਦੇ ਵਿੱਚ ਅਤੇ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਅਤੇ ਬਾਕੀ ਅੱਜ ਹੋਲੀ ਦਾ ਮਾਹੌਲ ਹੈ ਤੁਹਾਨੂੰ ਪਤਾ ਚਾਰੇ ਪਾਸੇ ਰੰਗੀਨੀਆਂ ਰੰਗ ਛਾਏ ਹੋਏ ਆ ਅਤੇ ਰੰਗਾਂ ਦੀ ਗੱਲ ਕਰੀਏ ਤੁਹਾਡੇ ਬਹੁਤ ਰੰਗ ਸਾਨੂੰ ਇੰਡਸਟਰੀ ਵਿੱਚ ਦੇਖਣ ਨੂੰ ਮਿਲ ਚੁੱਕੇ ਨੇ ਤੁਸੀਂ ਤੁਹਾਡੇ ਪੁਰਾਣੇ ਪ੍ਰੋਜੈਕਟ ਦੇ ਚੁੱਕੇ ਆ ਹੁਣ ਅੱਜ ਕੱਲ੍ਹ ਕੀ ਕਰ ਰਹੇ ਹੋ ਮੇਰਾ ਜੀ ਇੱਕ ਮੂਵੀ ਆਉਣ ਵਾਲੀ ਹੈਗੀ ਪ੍ਰਜਾਤ ਕੁੜੀ ਜਿਹੜੀ ਕਿ ਰਜੀਸ਼ ਸ਼ਰਮਾ ਨੇ ਡਾਇਰੈਕਟ ਕੀਤੀ ਹੈ ਉਸ ਤੋਂ ਬਿਨਾਂ ਮੇਰਾ ਇੱਕ ਹੁਣੇ ਹੁਣੇ ਰੀਸੈਂਟਲੀ ਗਾਣਾ ਆਇਆ ਦੇਵੀ ਮਖਸੂਸ ਪੁਰੀ ਜੀ ਨਾਲ ਗੁੱਡੀ ਚੜ੍ਹ ਜਾਊਗੀ ਜਿਹੜਾ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਅਤੇ ਦੋ ਤਿੰਨ ਵੈਬ ਸੀਰੀਜ਼ ਦੇ ਅੱਗੇ ਪ੍ਰੋਜੈਕਟ ਤਿਆਰ ਜੀ ਨੇ ਅਤੇ ਯਾਰ ਜਿਗਰੀ ਕਸੂਤੀ ਡਿਗਰੀ ਨੂੰ ਲੈ ਕੇ ਬਹੁਤ ਸਾਰੀ ਕਰਿਓਸਿਟੀ ਬਣੀ ਹੋਈ ਆ ਆਡੀਅੰਸ ਦੇ ਵਿੱਚ ਅਤੇ ਉਹਦੇ ਬਾਰੇ ਕੋਈ ਅਗਰ ਜਾਣਕਾਰੀ ਤੁਸੀਂ ਦੇ ਦਿੰਦੇ ਤਾਂ ਮਜ਼ਾ ਆ ਜਾਂਦਾ ਹਾਂਜੀ ਉਹਦਾ ਜਿਹੜਾ ਸੈਕਿੰਡ ਸੀਜ਼ਨ ਹੈ ਆਪਾਂ ਦਰਸ਼ਕਾਂ ਲਈ ਦੱਸ ਦਈਏ ਵੀ ਉਹ ਰੈਡੀ ਹੈ ਬਸ ਮਈ ਦੇ ਵਿੱਚ ਲਗਭਗ ਉਹਦਾ ਪਹਿਲਾ ਐਪੀਸੋਡ ਆਜੂਗਾ ਸੈਕਿੰਡ ਸੀਜ਼ਨ ਦਾ ਅਤੇ ਉਹਦੀ ਸ਼ੂਟ ਚੱਲ ਰਿਹਾ ਜੀ ਅਤੇ ਹੋਲੀ 'ਤੇ ਖਾਸ ਕੁਛ ਕਹਿਣਾ ਚਾਹੋਗੇ ਤੁਸੀਂ ਆਪਣੇ ਫੈਨਸ ਨੂੰ ਹਾਂਜੀ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਹੋਲੀ ਵਧੀਆ ਤਰੀਕੇ ਨਾਲ ਮਨਾਉਣੀ ਆ ਅਤੇ ਜਿਹੜਾ ਕਿ ਅੱਜ ਕੱਲ੍ਹ ਚੱਲਿਆ ਕਰੋਨਾ ਵਾਇਰਸ ਉਹ ਤੋਂ ਬਚ ਕੇ ਰਹਿਣਾ ਅਤੇ ਜਾਣਦੇ ਜਾਂਦੇ ਹੁਣ ਤੁਸੀਂ ਇੱਕ ਡਾਇਲੋਗ ਜਿਹੜਾ ਤੁਹਾਡਾ ਕੋਈ ਫੇਵਰੇਟ ਹੋਵੇ ਸਾਨੂੰ ਸੁਣਾ ਕੇ ਜਾਓ ਜੀ ਦੇਖੋ ਡਾਇਲੋਗ ਤਾਂ ਇਹ ਟਾਈਮ ਹੁਣ ਕੋਈ ਯਾਦ ਨਹੀਂ ਆ ਰਿਹਾ ਮੈਂ ਨਾ ਇੱਕ ਐਕਟਿੰਗ ਕਰਦਾ ਹੁੰਦਾ ਸੀ ਜਦੋਂ ਪੜ੍ਹਦਾ ਸੀ ਕਾਲਜ ਦੇ ਵਿੱਚ ਅਤੇ ਸੁਰਮਾ ਵੇਚਣ ਵਾਲੀ ਦੀ ਮੈਂ ਉਹ ਕਰਕੇ ਦਿਖਾ ਦੇਣਾ ਲਓ ਜੀ ਮੇਰੇ ਵੀਰ ਭੈਣ ਭਰਾ ਬਜ਼ੁਰਗ ਮਾਤਾ ਪਿਤਾ ਦੀਆਂ ਅੱਖਾਂ 'ਤੇ ਲਕੀਰਾਂ ਨੂੰ ਗੁੱਟਾਂ ਦੇ ਹਜ਼ੀਰਾਂ ਨੂੰ ਕੰਨਾਂ 'ਚ ਰੜਕ ਹੋਵੇ ਅੱਖਾਂ ਚਸਕ ਹੋਵੇ ਮੂੰਹ ਬੋਲਣਾ ਹੋਵੇ ਕੁੰਡਾ ਖੋਲਣਾ ਮੇਰੇ ਕੋਲ ਸੁਰਮਾ ਲੈ ਸਕਦਾ ਸੁਰਮਾ ਨੂੰ ਛਾੜਾ ਗੜਾ ਬਿੱਲ ਵਤਾਰਾ ਕਾਲੇ ਕੁੱਤੇ ਡੇਲੇ ਤਿੱਤਰੀ ਵਾਲੇ ਕੇਲੇ ਬਿੱਲੀ ਦੀ ਪੂਛ ਦੇ ਵਾਲ ਕੁਝ ਹਰੇ ਕੁਝ ਲਾਲ ਮੱਖੀ ਮੱਛਰ ਤੇਲ ਵਿੱਚ ਪਾ ਕੇ ਅਤਰ ਫਲੇ ਲੁੱਟਣ ਤੋਂ ਪਹਿਲਾਂ ਇੱਕ ਸਲਾਈ ਸੌਂਦ ਵਾ ਇੱਕ ਸਲਾਈ ਲਓ ਮੇਰੇ ਵੀਰ ਲਓ ਮੇਰੇ ਭਾਈ ਧੰਨਵਾਦ ਵੀਰ ਜੀ ਸਾਹ ਲੈ ਲਓ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਜ਼ਾ ਆਇਆ ਤੁਹਾਨੂੰ ਮਿਲ ਕੇ ਬਹੁਤ ਹੀ ਚੰਗਾ ਲੱਗਿਆ ਜਲਦ ਦੁਬਾਰਾ ਮੁਲਾਕਾਤ ਹੋਊਗੀ ਅਤੇ ਉਮੀਦ ਕਰਦੇ ਹਾਂ ਕਿ ਪ੍ਰੋਜੈਕਟ ਜਿਹੜੇ ਤੁਹਾਡੇ ਆਉਣ ਵਾਲੇ ਆ ਉਹ ਬਹੁਤ ਹੀ ਸ਼ਾਨਦਾਰ ਰਹਿਣਗੇ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤੇ ਜਾਣਗੇ ਬਹੁਤ ਬਹੁਤ
तो दोस्तों असी ढिल्लों फन पार्क के पहुँचे हुए हैं तो इत्थे अचानक मेरी मुलाकात एक अजिही शख्सियत नाल हो गई जिहड़ा हिक दे जोर ते गाउंदा आ ते बहुत ही उहदा एक गीत हिट होया सीगा यमला जट मोबाइल ते लोको इंज फरमाउंदा गंद पिया पुतो मेरे हुण मैं नहीं गाउंदा पंजाबी बॉक्स चैनल दा और मेरे वड्डे भाई प्रदीप दा मैं धन्नवाद करदा कि इन्हां ने अचानक मैनू इत्थे पछाणिया ते और मेरी गलबात तुहाडे नाल करवा रहे मैं सारे दर्शकों का देशों विदेशों में वस रहे पंजाबियों का भी धन्नवाद करदा कि तुसी मेरे हर गीत उन्हां नाल प्यार दिंदे हो और मैं ज़्यादा समा ना लैंदा होया मैं उस गीत दे दो बोल तुहाडे नाल सांझे करूँगा जिस गाने ने मैनू फेम दित्ती है जिस गाने ने मैनू पब्लिक तक पहुँचाया मैनू लोगों के विच जाके खड़ा किया मैं उस गाने की दो लाइन तुहाडे नाल सांझियां करूँगा ऐसे दिन दुनिया ते आउणगे नहीं ओए ऐसे दिन दुनिया ते आउणगे नहीं किसी ने गऊ की रख्या नहीं करनी ते प्यार कुत्तियां नाल वधाउणगे नहीं बुढ़ापे दी पंड नौजवानां तो चक्की नहीं जानी क्योंकि पैसे दा माण विखाउणगे नहीं नौ ते सोहरे दा पर्दा नहीं रहना नौ दा प्यार सोहरे आप निभाउणगे नहीं बारह साल दी कुड़ी बनूगी नानी ओए ऐसे दिन भी दुनिया ते थे होणगे नहीं ਉਹ ਬੁੱਢਾ ਮਰ ਗਿਆ ਤੇਲ ਦੀ ਲੁੱਪੀ ਨੂੰ ਤਰਸਦਾ ਤੇ ਇਹ ਨਾਲ ਸ਼ੈਂਪੂਆਂ ਦੇ ਨਹਾਉਣਗੇ ਨਹੀਂ ਜਮਲਾ ਜੱਟ ਮੋਬਾਈਲ ਤੇ ਜਮਲਾ ਜੱਟ ਮੋਬਾਈਲ ਤੇ ਉਹ ਲੋਕੋ ਇੰਜ ਫਰਮਾਉਂਦਾ ਉਹ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋਬਾਈਲ ਤੇ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ ਅੱਜ ਦੇ ਕਲਾਕਾਰਾਂ ਕੀਤੀ ਓ ਰਨ ਪਿਆਰੀ ਹਾਏ ਕਦੂ ਦੇ ਤੂੰਬੇ ਨੂੰ ਹਾਏ ਕਦੂ ਦੇ ਤੂੰਬੇ ਨੂੰ ਕੋਈ ਹੱਥ ਨਹੀਂ ਲਾਉਂਦਾ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋਬਾਈਲ ਤੇ ਬਹੁਤ ਹੀ ਖੂਬਸੂਰਤ ਗਾਣਾ ਸੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ थैंक यू भाजी थैंक यू और लास्ट से यही कहूँगा कि असी पंजाबी बॉक्स चैनल का बहुत बहुत धन्यवाद करदा और बाबे मैं ऑडियंस नूं दोबारा यह कहना चाहना कि चंगा सुनो चंगा देखो चंगा खाओ चंगा परोसो तो चंगी ही सेहत दे तुसी आदि बनो धन्यवाद मेहरबानी लव यू सारयां नूं सो ढिल्लों फन पार्क के असी अज का ईवेंट देखिया फन राइड्स नूं देखिया इत्थे आए हुए लोगों की एक्साइटमेंट देखी तो उन्हां दा इंजॉयमेंट भी देखिया तो हुण आपां गल करदे आं इत्थों दे मैनेजर केवल कृष्ण जी दे नाल जिन्हां करके अज दा इह ईवेंट संभव हो सकिया बहुत बहुत स्वागत करदे आं सर हाँ जी अज होली दा दिन है जी जिदे करके असी अज हर साल जिहड़ा होली ते प्रोग्राम रखदे आं अपना सारा वाटर पार्क म्यूजमेंट पार्क की जी जिहड़ी ओपनिंग है असी होली वाले दिन ही करदे आं हर साल असी एक ईवेंट करवाने जिदे च सिंगर वगैरह आउंदे आ सारा लोकी इंजॉय करदे आ सारा कुछ जिदा वाटर पार्क हो गया म्यूजमेंट पार्क हो गया हर तरह के लोग इत्थे इंजॉय करदे आ हर वर्ग के लोग आके बच्चों तो लेके बजुर्गों तक सारा असी इंतजाम इत्थे पूरा किया होया जिन्हा जिन्हा ने हले तक इत्थे चक्कर नहीं मारिया जिहड़े नहीं आके गए इत्थे जरूर आना अपनी फैमिलीज़ दे नाल आना अपने फ्रेंड्स दे नाल आना ते एक बारी इस पार्क विच जरूर आके जाओ बहुत बहुत शुक्रिया ਢਿੱਲੋਂ ਫਨ ਵਰਲਡ ਦੇ ਵਿੱਚ ਅੱਜ ਦਾ ਹੋਲੀ ਦਾ ਈਵੈਂਟ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਲੋਕ ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ ਅੱਜ ਦੇ ਦਿਨ ਦੇਖਣ ਨੂੰ ਬਹੁਤ ਕੁਝ ਮਿਲਿਆ ਬਹੁਤ ਸਾਰੇ ਲੋਕਾਂ ਨੂੰ ਮਿਲੇ ਬਹੁਤ ਸਾਰਾ ਫਨ ਦੇਖਣ ਨੂੰ ਮਿਲਿਆ ਬੜਾ ਹੀ ਮਜ਼ੇਦਾਰ ਦਿਨ ਰਿਹਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਬਹੁਤ ਮਜ਼ਾ ਆਇਆ ਹੋਣਾ ਆ ਸੋ ਅਜਿਹੀਆਂ ਹੋਰ ਵੀਡੀਓਜ਼ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬੈਲ ਆਈਕਨ ਦਬਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਦਿਓ ਇਜਾਜ਼ਤ ਜਲਦ ਹੋਵੇਗੀ ਮੁਲਾਕਾਤ ਉਦੋਂ ਤੱਕ ਲਈ ਦੇਖਦੇ ਰਹੋ ਪੰਜਾਬੀ ਬਾਕਸ